ਕਿਸਾਨ ਭਰਾਵੋ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਮੱਕੀ ਦੇ ਵਿੱਚ ਖਾਦ ਅਤੇ ਯੂਰੀਆ ਪਾਉਣ ਦਾ ਤਰੀਕਾ ਅਤੇ ਨਦੀਨਾਂ ਦੀ ਰੋਕਥਾਮ ਦੇ ਆਪਾਂ ਕਿਹੜੀਆਂ ਦਵਾਈਆਂ ਦਾ ਇਸਤੇਮਾਲ ਕਰਨਾ ਗਾ। ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਕਿਸਾਨ ਭਰਾਵੋ, ਜਦੋਂ ਆਪਾਂ ਮੱਕੀ ਦੀ ਬਿਜਾਈ ਕਰਦੇ ਹਾਂ ਆਲੂ ਵਾਲੇ ਸਮੇਂ ਦੇ ਵਿੱਚ, ਚਲੋ ਲਗਭਗ ਤਾਂ ਬਿਜਾਈ ਹੋ ਹੀ ਗਈ ਆ ਉਸ ਸਮੇਂ, ਕਿ ਆਲੂ ਵਾਲੇ ਵਾਹਣ ਦੇ ਵਿੱਚ ਤਾਂ ਆਪਾਂ ਇੱਕ ਗੱਟਾ DAP ਦਾ ਵੀ ਪਾ ਕੇ ਤਾਂ ਵੀ ਚੱਲ ਜਾਂਦਾ। ਜਿਹੜੀ ਆਪਾਂ ਕਣਕ ਵਾਲੀ ਜਗ੍ਹਾ 'ਤੇ ਆਪਾਂ ਮੱਕੀ ਦੀ ਬਿਜਾਈ ਕਰੀ ਜਾਂਦੇ ਹਾਂ ਉਸ ਸਮੇਂ ਆਪਾਂ ਨੂੰ ਘੱਟ ਤੋਂ ਘੱਟ 2 ਗੱਟੇ DAP ਦੇ ਨਾਲ 5 ਤੋਂ 7 ਕਿਲੋ ਸਲਫਰ ਪਾਉਣੀ ਬਹੁਤ ਜ਼ਰੂਰੀ ਆ। ਇਸ ਦੇ ਨਾਲ ਕੀ, ਇੱਕ ਤਾਂ ਮੱਕੀ ਦੀ ਗਰੋਥ ਬਹੁਤ ਵਧੀਆ ਹੁੰਦੀ ਆ, ਕਿਉਂਕਿ ਜਿੰਨੀ ਉਸਨੂੰ ਆਪਾਂ ਜੋ ਖਾਦ ਆਪਾਂ ਨਾਲ ਹੀ ਦੇ ਦਾਂਗੇ ਟਾਈਮ ਤੋਂ ਪਹਿਲਾਂ ਹੀ ਦੇ ਦਾਂਗੇ, ਜਦੋਂ ਮੱਕੀ ਉੱਗਦੀ ਉਹਨੂੰ ਲੱਗਣੀ ਸਟਾਰਟ ਉਦੋਂ ਹੁੰਦੀ ਆ, ਨਾਲ ਦੀ ਨਾਲ ਉਸਦੀ ਜੋ ਉੱਗਣ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਆ, ਵਧੀਆ ਤਰੀਕੇ ਦੇ ਵਿੱਚ ਉੱਗਦੀ ਆ। ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ। ਫਿਰ ਕਿਸਾਨ ਭਰਾਵੋ ਆਪਾਂ ਗੱਲ ਕਰਦੇ ਹਾਂ ਵੀ ਇਸ ਤੋਂ ਬਾਅਦ ਜਿਹੜੇ ਪਹਿਲਾ ਪਾਣੀ ਲਾ ਦਿੰਦੇ ਹਾਂ ਉਸ ਟਾਈਮ ਬਹੁਤ ਗਲਤੀਆਂ ਕਰਦੇ ਹਾਂ, ਜਿਵੇਂ ਤੁਸੀਂ ਆਹ ਦੇਖ ਰਹੇ ਹੋ ਬਿੱਡਾਂ ਦੇ ਉੱਪਰ ਵੀ ਪਾਣੀ ਚੜਿਆ ਹੋਇਆ ਗਾ। ਇਹ ਤੁਹਾਡੇ ਨਾਲ ਅਗਾਂਹ ਬਾਅਦ 'ਚ ਗੱਲ ਕਰ ਜਾਣਕਾਰੀ ਸਾਂਝੀ ਕਰਦਾਂਗਾ। ਜਿਹੜੀ ਆਪਾਂ ਪਾਉਣੀ ਆਪਾਂ ਯੂਰੀਆ ਕਿੰਨੀ ਪਾਉਣੀ ਆ, ਜਦੋਂ ਦੂਸਰਾ ਪਾਣੀ ਲਾਉਂਦੇ ਹਾਂ ਉਸ ਟਾਈਮ 1 ਗੱਟਾ ਯੂਰੀਆ ਦਾ ਪਾਉਣਾ ਗਾ, ਅਤੇ ਜਦੋਂ ਆਪਾਂ ਤੀਸਰਾ ਪਾਣੀ ਲਾਉਂਦਾ ਉਦੋਂ ਕਿਸਾਨ ਭਰਾ ਕੀ ਕਰਦੇ, ਛੱਟੇ ਦੇ ਨਾਲ ਯੂਰੀਆ ਪਾਉਂਦੇ ਆ। ਕਿਸਾਨ ਵੀਰੋ ਸਭ ਤੋਂ ਵੱਡੀ ਇਹ ਗਲਤੀ ਕਦੇ ਵੀ ਨਹੀਂ ਕਰਨੀ, ਛੱਟੇ ਦੇ ਨਾਲ ਯੂਰੀਆ ਰੇ ਕਦੇ ਵੀ ਨਹੀਂ ਪਾਉਣੀ ਉਸ ਟਾਈਮ। ਅੱਜ ਦੇ ਟਾਈਮ ਕੀ ਆ, 45 ਡਿਗਰੀ ਟੈਂਪਰੇਚਰ ਜੋ ਹੋ ਗਿਆ ਗਰਮੀ ਦੀ, ਇੰਨੀ ਕਰਕੇ ਵਜ੍ਹਾ ਕਰਨਾ ਜਦੋਂ ਆਪਾਂ ਛਿੱਟੇ ਨਾਲ ਪਾਉਂਦੇ ਹਾਂ ਅਤੇ ਉਹ ਮੱਕੀ ਆ ਸਾੜਾ ਬਣਾਉਣਾ ਸਟਾਰਟ ਕਰ ਦਿੰਦੀ ਆ, ਉਹ ਜਿਹੜੀ ਰੇਹ ਆ ਯੂਰੀਆ ਉਹਨਾਂ ਦੇ ਪੋਗੇ ਦੇ ਵਿੱਚ ਚੱਲੀ ਜਾਂਦੀ ਪੱਤਿਆਂ ਦੇ ਵਿੱਚ, ਫਿਰ ਉਹ ਮੱਕੀ ਸੁੱਕਣਾ ਸਟਾਰਟ ਕਰ ਦਿੰਦੀ ਆ, ਕੁਛ ਗਰਮੀ ਦੀ ਵਜ੍ਹਾ ਨਾਲ ਕੁਛ ਆਪਣੀ ਯੂਰੀਆ ਰੇਹ ਦੀ ਵਜ੍ਹਾ ਦੇ ਨਾਲ ਹੀ ਸੁੱਕਣਾ ਸਟਾਰਟ ਕਰ ਦਿੰਦੀ ਆ। ਯੂਰੀਆ ਰੇਹ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਆ ਕਿ ਤੁਸੀਂ ਜਦੋਂ ਪਾਣੀ ਲਾਉਂਦੇ ਆ ਇੱਕ ਢੋਲ ਲੈ ਲੈਣਾ, ਉਸਨੂੰ ਨੱਕੇ ਦੇ ਕੋਲ ਲਿਜਾ ਕੇ ਰੱਖ ਲੈਣਾ ਗਾ, ਉਹਦੇ ਵਿੱਚ ਪਾਣੀ ਪਾ ਕੇ ਯੂਰੀਆ ਰੇਹ ਨੂੰ ਘੋਲ ਦੇਣਾ ਗਾ, ਫਿਰ ਉਹ ਢੋਲ ਦੇ ਥੱਲੇ ਇੱਕ ਟੂਟੀ ਲਾਉਣੀ ਆ, ਬਾਅਦ 'ਚੋਂ ਹਲਕਾ ਜਿਹਾ ਟੂਟੀ ਨੂੰ ਤੁਸੀਂ ਖੋਲ੍ਹ ਦੇਣਾ ਗਾ। ਫਿਰ ਉਸ ਹਿਸਾਬ ਨਾਲ ਤੁਸੀਂ ਟੂਟੀ ਨੂੰ ਖੋਲ੍ਹਣਾ ਕਿ ਤੁਹਾਡਾ ਵੀ ਸਾਰੇ ਵਾਹਣ ਦੇ ਵਿੱਚ ਜੋ ਰੇਹ ਪੂਰੀ ਆ ਜਾਵੇ ਪਾਣੀ ਦੇ ਨਾਲ ਲੱਗ ਜਾਵੇ, ਉਹਦੇ ਨਾਲ ਕੀ ਆ ਜੋ ਰੇਹ ਆ ਉਹ ਸਿਰਫ ਖਾਲੀਆਂ ਦੇ ਵਿੱਚ ਹੀ ਪਾਣੀ ਦੇ ਨਾਲ ਘੁਲ ਕੇ ਜਾਂਦੀ ਆ, ਉਹ ਸਭ ਤੋਂ ਜ਼ਿਆਦਾ ਕੰਮ ਕਰਦੀ ਹੈ ਅਤੇ ਮੱਕੀ ਦੀ ਗਰੋਥ ਵੀ ਬਹੁਤ ਵਧੀਆ ਹੁੰਦੀ ਆ। ਇੱਕ ਤਾਂ ਆਪਣਾ ਜੋ ਨਦੀਨ ਨਕਸ਼ਿਆਂ ਨੂੰ ਵੀ ਜੋ ਖਾਦ ਨਹੀਂ ਮਿਲਦੀ ਉਹ ਵੀ ਆਟੋਮੈਟਿਕ ਹੀ ਖਤਮ ਹੋ ਜਾਂਦੇ ਆ, ਨਦੀਨ ਤਾਂ ਅੱਧੇ ਤਾਂ ਆਪਣੇ ਬਿਨਾਂ ਰੇਹ ਤੋਂ ਖਤਮ ਹੋ ਜਾਂਦੇ ਆ। ਸੋ ਜੋ ਰੇਹ ਆ ਘੱਟ ਤੋਂ ਘੱਟ ਆਪਾਂ 3 ਗੱਟੇ ਯੂਰੀਆ ਦੇ ਪਾਉਣੇ ਆ। ਦੂਸਰੀ ਜੋ ਸਟੇਜ ਆ ਆਪਾਂ ਉਦੋਂ ਪਾਉਣੇ ਜਦੋਂ ਮੱਕੀ ਨੂੰ ਛੱਲੀ ਪੈਣੀ ਸਟਾਰਟ ਹੋ ਜਾਂਦੀ ਆ, 1 ਗੱਟਾ ਰੇਹ ਦਾ ਉਦੋਂ ਆਪਾਂ ਜੋ ਬਬੂ ਲੱਗਣੇ ਸਟਾਰਟ ਹੋ ਜਾਂਦੇ ਆ ਉਦੋਂ ਯੂਰੀਆ ਰੇਹ ਦਾ ਪਾਉਣਾ ਬਹੁਤ ਜ਼ਰੂਰੀ ਆ, ਜਿਹਦੇ ਨਾਲ ਕੀ ਆ ਮੱਕੀ ਦੀ ਕੁਆਲਿਟੀ ਦੇ ਵਿੱਚ ਵਜ਼ਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੁੰਦਾ, ਅਸਰ ਹੁੰਦਾ, ਛੱਲੀਆਂ ਭਰਮੀਆਂ ਹੋ ਜਾਂਦੀਆਂ ਕਿਉਂਕਿ ਉਹ ਜਿਹੜੀ ਸਾਰੀ ਖੁਰਾਕ ਛੱਲੀਆਂ ਨੂੰ ਮਿਲਦੀ ਆ। ਅਤੇ ਹੁਣ ਆਪਾਂ ਕਿਸਾਨ ਵੀਰੋ ਗੱਲ ਕਰਾਂਗੇ ਤੁਹਾਡੇ ਨਾਲ ਨਦੀਨ ਨਕਸ਼ਾਂ ਦੀ, ਨਦੀਨ ਨਕਸ਼ਾਂ ਦੀ ਰੋਕਥਾਮ, ਨਦੀਨ ਕਿਉਂ ਪੈਦਾ ਹੁੰਦੇ ਆ। ਜਦੋਂ ਆਪਾਂ ਪਾਣੀ ਲਾਉਂਦੇ ਹਾਂ ਪਹਿਲਾਂ ਪਾਣੀ ਆਪਾਂ ਭਰ ਕੇ ਲਾ ਦਿੰਦੇ ਹਾਂ, ਪਾਣੀ ਬਿੱਡਾਂ ਦੇ ਉੱਪਰ ਚੜਿਆ ਜਾਂਦਾ ਗਾ, ਫਿਰ ਉਹ ਕੀ ਆ ਵੀ ਗਿੱਲਾ ਹੋ ਜਾਂਦਾ, ਸਾਰੀ ਜਗ੍ਹਾ 'ਤੇ ਨਕਦੀਨ ਉੱਗ ਸਕਦੇ ਉੱਗੇ ਆਉਂਦੇ ਆ। ਤੁਸੀਂ ਆ ਵੀਡੀਓ ਦੇ ਵਿੱਚ ਵੇਖ ਰਹੇ ਹੋ ਵਿਚਾਲੇ ਜੋ ਬੈੱਡ ਆ ਬਿਲਕੁਲ ਖਾਲੀ ਪਏ ਆ, ਸੁੱਕੇ ਨੇ, ਨਦੀਨ ਵੇਖਣ ਨੂੰ ਬਹੁਤ ਘੱਟ ਮਿਲਦੇ ਆ, ਨਾ ਮਾਤਰ ਹੀ ਨਦੀਨ ਆ ਇਹਦੇ ਵਿੱਚ, ਕਿਉਂਕਿ ਪਾਣੀ ਜਿੰਨਾ ਇਹਨੂੰ ਕੋਲੇ ਖੜ ਕੇ ਲੱਗਿਆ ਬਹੁਤ ਢੰਗ ਤਰੀਕੇ ਦੇ ਨਾਲ ਲਾਇਆ ਗਿਆ ਇਹਨੂੰ ਪਾਣੀ। ਜਦੋਂ ਆਪਾਂ ਪਾਣੀ ਦੇ ਵਿੱਚ ਅਣਗਹਿਲੀਆਂ ਗਲਤੀਆਂ ਕਰ ਜਾਂਦੇ ਨਦੀਨ ਸਮਝ ਲਓ ਉਦੋਂ ਅੱਧੇ ਤਾਂ ਨਦੀਨ ਆਪਣੀ ਗਲਤੀ ਦੇ ਨਾਲ ਹੀ ਉੱਗੇ ਆਉਂਦੇ ਆ। ਕਿਸਾਨ ਭਰਾਵੋ ਜਦੋਂ ਆਪਣੀ ਮੱਕੀ ਦੀ ਬਿਜਾਈ ਹੋ ਜਾਂਦੀ ਆ, ਸਭ ਤੋਂ ਨਦੀਨ ਨਕਸ਼ਾਂ ਨੂੰ ਰੋਕਣ ਵਾਸਤੇ ਆਪਾਂ ਪਾਣੀ ਲਾਉਂਦੇ ਹਾਂ, ਪਾਣੀ ਲਾਉਣ ਤੋਂ ਬਾਅਦ ਤੁਰੰਤ ਤੁਸੀਂ ਸਟੰਪ ਦਵਾਈ ਦਾ ਇਸਤੇਮਾਲ ਕਰ ਸਕਦੇ ਹਾਂ, ਜਿਹਦੇ ਨਾਲ ਨਦੀਨਾਂ ਦੇ ਉੱਤੇ 75 ਤੋਂ 80% ਰੋਕਥਾਮ ਉਸੇ ਟਾਈਮ ਆਪਾਂ ਕਰ ਸਕਦੇ ਹਾਂ। ਜੇ ਤੁਹਾਡੇ ਕੋਲ ਉਹ ਵੀ ਟਾਈਮ ਲੰਘ ਜਾਂਦਾ, ਤੁਸੀਂ ਨਹੀਂ ਕਿਸੇ ਕਾਰਨ ਕਰਕੇ ਦਵਾਈ ਛਿੜਕ ਸਕਦੇ, ਜਦੋਂ ਮੱਕੀ ਆਪਣੀ ਉੱਗੀ ਆਉਂਦੀ ਆ ਬਸ 2-2 ਉਂਗਲਾਂ ਦੀ ਹੋਵੇ ਮੱਕੀ, ਉਦੋਂ ਆਪਾਂ ਅਲਟਰਾਜੀਨ ਦੀ ਵੀ ਵਰਤੋਂ ਕਰ ਸਕਦੇ ਹਾਂ ਨਦੀਨਾਂ ਦੀ ਰੋਕਥਾਮ ਵਾਸਤੇ। ਕਿਸਾਨ ਭਰਾਵੋ ਜੇਕਰ ਆਪਾਂ ਮੱਕੀ ਦੀ ਜਿੰਨੀ ਸਾਂਭ ਸੰਭਾਲ ਵਧੀਆ ਕਰਾਂਗੇ ਓਨਾ ਹੀ ਆਪਾਂ ਝਾੜ ਲੈ ਸਕਦੇ ਹਾਂ। ਅਤੇ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਜੋ, ਤਾਂ ਜੋ ਦੂਸਰੇ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਜਿਨ੍ਹਾਂ ਨੇ ਮੱਕੀ ਦੀ ਜੋ ਬਿਜਾਈ ਇਸ ਵਾਰ ਪਹਿਲੀ ਵਾਰ ਕਰੀ ਆ। ਬਾਕੀ ਤੁਸੀਂ ਆਪਣੀ ਜੋ ਰਾਏ ਆ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਆ ਜੋ, ਤਾਂ ਜੋ ਆਪਾਂ ਤੁਹਾਡੇ ਬਾਰੇ ਜੋ ਸਵਾਲ ਜਵਾਬ ਦਾ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜਵਾਬ ਦੇ ਸਕੀਏ। ਅਤੇ ਵੀਡੀਓ ਵੇਖਣ ਵਾਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।